ਆ ਗਿਆ ਬਾਬੇ। ਸਤਿ ਸ੍ਰੀ ਅਕਾਲ ਦੋਸਤੋ, ਕੰਬੋਜ ਰੈਕਰਡਸ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਨ ਔਜਲਾ ਦੀ ਐਲਬਮ ਬੈਕ ਦਾ ਫੱਕਅਪ ਦੇ ਉੱਤੇ ਬਹੁਤ ਹੀ ਵੱਡੀਆਂ ਅਪਡੇਟਸ ਵੇਖਣ ਨੂੰ ਮਿਲਣਗੀਆਂ, ਇਸ ਕਰਕੇ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚਲੋ ਸ਼ੁਰੂ ਕਰਦੇ ਹਾਂ, ਗੱਲ ਕਰਦੇ ਹਾਂ ਆਪਣੀ ਪਹਿਲੀ ਅਪਡੇਟ ਦੀ। ਕਰਨ ਔਜਲਾ ਦੀ ਐਲਬਮ ਦੇ ਪੋਸਟਰ ਬੈਕ ਦਾ ਫੱਕਅਪ ਨੂੰ ਰਿਲੀਜ਼ ਹੋਏ ਨੂੰ ਅੱਜ ਤੋਂ 2 ਦਿਨ ਤੋਂ ਵੀ ਜ਼ਿਆਦਾ ਟਾਈਮ ਹੋ ਚੁੱਕਿਆ ਹੈ। ਅਤੇ ਕਰਨ ਔਜਲਾ ਦੇ ਫੈਨਸ ਨੂੰ ਕਰਨ ਔਜਲਾ ਦੀ ਐਲਬਮ ਦਾ ਟੀਜ਼ਰ ਜਾਂ ਫਿਰ ਇੰਟਰੋ ਦੀ ਬਹੁਤ ਹੀ ਜ਼ਿਆਦਾ ਵੇਟ ਵੱਧ ਚੁੱਕੀ ਹੈ। ਪਰ ਇਸ ਬਾਰੇ ਕਰਨ ਔਜਲਾ ਦੇ ਵੱਲੋਂ ਹਜੇ ਤੱਕ ਕੋਈ ਵੀ ਅਫੀਸ਼ੀਅਲ ਅਪਡੇਟ ਨਹੀਂ ਦਿੱਤੀ ਗਈ। ਪਰ ਕਰਨ ਔਜਲਾ ਦੀ ਟੀਮ ਦੇ ਵੱਲੋਂ ਇਸ ਐਲਬਮ ਦੀ ਬਹੁਤ ਹੀ ਜ਼ਿਆਦਾ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਹੁਣ ਤੁਹਾਨੂੰ ਦੱਸ ਦਈਏ ਕਿ ਦ ਐਟੋਮਿਕ ਏਜੰਸੀ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਵੀਡੀਓ ਦੇ ਵਿੱਚ ਕਰਨ ਔਜਲਾ ਆਪਣਾ ਫੋਟੋਸ਼ੂਟ ਕਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅਤੇ ਨਾਲ ਹੀ ਦ ਐਟੋਮਿਕ ਏਜੰਸੀ ਦੇ ਵੱਲੋਂ ਇਸ ਵੀਡੀਓ ਦੀ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ 50,000 ਕਮੈਂਟ ਕਰ ਦਿਓ ਅਤੇ ਨਾਲ ਹੀ ਕਰਨ ਔਜਲਾ ਦੀ ਐਲਬਮ ਦਾ ਨਵਾਂ ਪੋਸਟਰ ਰਿਲੀਜ਼ ਕਰ ਦਿੱਤਾ ਜਾਵੇਗਾ। ਪਰ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਦੇ ਉੱਤੇ 50,000 ਤੋਂ ਵੀ ਜ਼ਿਆਦਾ ਕਮੈਂਟ ਹੋ ਚੁੱਕੇ ਨੇ। ਹਜੇ ਤੱਕ ਕੋਈ ਵੀ ਅਫੀਸ਼ੀਅਲ ਪੋਸਟਰ ਰਿਲੀਜ਼ ਨਹੀਂ ਕੀਤਾ ਗਿਆ, ਪਰ ਛੇਤੀ ਹੀ ਕਰਨ ਔਜਲਾ ਆਪਣੀ ਐਲਬਮ ਦਾ ਨਵਾਂ ਪੋਸਟਰ ਰਿਲੀਜ਼ ਕਰ ਦਊਗਾ। ਕਿਸ ਕਿਸ ਨੂੰ ਵੇਟ ਹੈ ਕਰਨ ਔਜਲਾ ਦੀ ਐਲਬਮ ਦੀ, ਕਮੈਂਟਾਂ ਦੇ ਵਿੱਚ ਪੂਰੀਆਂ ਹਨੇਰੀਆਂ ਬੰਦ ਹੋ ਤਾਂ ਕਿ ਹੇਟਰਾਂ ਨੂੰ ਵੀ ਪਤਾ ਲੱਗ ਜਾਏ ਕਿ ਔਜਲਾ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਜਿੰਨਾ ਹੋ ਸਕੇ। ਇੰਸਟਾਗ੍ਰਾਮ ਆਈਡੀ ਤੁਹਾਨੂੰ ਸਕਰੀਨ 'ਤੇ ਦਿੱਤੀ ਹੋਵੇਗੀ, kambod.rackets, ਉੱਥੇ ਜਾ ਕੇ ਫੋਲੋ ਕਰ ਲਿਓ। ਜਿਹੜੇ ਇਸ ਚੈਨਲ 'ਤੇ ਨਵੇਂ ਨੇ ਜਲਦ ਤੋਂ ਜਲਦ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ। ਚੰਗਾ, ਚੱਲਦੇ ਹਾਂ, ਥੈਂਕ ਯੂ।